ਸਤਿ ਸ਼੍ਰੀ ਅਕਾਲ ਜੀ, ਮੈਂ ਭਾਵਨਾ। ਦੈਨਿਕ ਸਵੇਰਾ ਦੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਹੁਣ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ। ਸੁਖਬੀਰ ਬਾਦਲ ਨੇ ਕਿਹਾ, ਬਿਜਲੀ ਦੇ ਵਧੇ ਰੇਟਾਂ ਨਾਲ ਲੋਕਾਂ ਦੀਆਂ ਜੇਬਾਂ ਤੇ ਹੀ ਨਹੀਂ ਸਗੋਂ ਉਹਨਾਂ ਦੇ ਦਿਮਾਗਾਂ ਤੇ ਵੀ ਪਿਆ ਬੋਝ। ਬਠਿੰਡਾ ਵਿਖੇ ਪਹੁੰਚੇ ਮਨਪ੍ਰੀਤ ਬਾਦਲ, ਸ਼ੂਟਿੰਗ ਰੇਂਜ ਦਾ ਕੀਤਾ ਉਦਘਾਟਨ। ਜਲੰਧਰ ਦੇ ਜੀਟੀਬੀ ਨਗਰ ਚ ਹੋਈ ਲੱਖਾਂ ਦੀ ਚੋਰੀ, ਪੁਲਿਸ ਨੇ ਕੀਤਾ ਮਾਮਲਾ ਦਰਜ। ਤੇ ਹੁਣ ਖਬਰਾਂ ਵਿਸਥਾਰ ਨਾਲ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਬਿਜਲੀ ਦੇ ਰੇਟ ਵਧਾ ਕੇ ਆਮ ਲੋਕਾਂ ਦੀਆਂ ਜੇਬਾਂ ਤੇ ਹੀ ਨਹੀਂ ਸਗੋਂ ਉਹਨਾਂ ਦੇ ਦਿਮਾਗਾਂ ਤੇ ਵੀ ਬੋਝ ਪਾ ਦਿੱਤਾ ਹੈ। ਦੱਸ ਦਈਏ ਕਿ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਕਮੇਟੀ ਮੈਂਬਰ ਨਵਤੇਜ ਸਿੰਘ ਦੀ ਮਾਤਾ ਦੇ ਦੇਹਾਂਤ ਤੇ ਅਫਸੋਸ ਕਰਨ ਪਹੁੰਚੇ ਸੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਕਮੇਟੀ ਮੈਂਬਰ ਨਵਤੇਜ ਸਿੰਘ ਦੀ ਮਾਤਾ ਦੇ ਦੇਹਾਂਤ ਤੇ ਅਫਸੋਸ ਕਰਨ ਮੁਕਤਸਰ ਸਾਹਿਬ ਪਹੁੰਚੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਿਜਲੀ ਦੇ ਰੇਟ ਵਧਾ ਕੇ ਆਮ ਲੋਕਾਂ ਦੀਆਂ ਜੇਬਾਂ ਤੇ ਹੀ ਨਹੀਂ ਸਗੋਂ ਉਹਨਾਂ ਦੇ ਦਿਮਾਗਾਂ ਤੇ ਵੀ ਬੋਝ ਪਾਇਆ ਜਾ ਰਿਹਾ ਹੈ। ਪਹਿਲੀ ਕਾਲੀ ਕਹਿਦਾ ਪ੍ਰੈਸ ਕਾਨਫਰੰਸ, ਬਿਜਲੀ ਦੇ ਵਿੱਚ ਜਿਹੜੇ ਰੇਟ ਵੱਧ ਰਹੇ ਹੈ, ਆਹ ਕੋਈ PPA ਕਰਕੇ ਨਹੀਂ, ਆਹ ਵੱਧ ਰਹੇ ਆ ਇਹਨਾਂ ਦੇ ਘੁਟਾਲੇ ਕਰਕੇ, ਜਿਹੜੇ ਇੱਕ ਇੱਕ ਕੰਪਨੀ ਨੂੰ 15-1500 ਕਰੋੜ ਦਾ ਉਹਨਾਂ ਨੇ ਫਾਇਦਾ ਦੇ ਦਿੱਤਾ, ਅਤੇ ਉਹ 20 ਪੈਸੇ ਜਾਂ 30 ਪੈਸੇ ਵਧਾ ਕੇ ਇੱਧਰ ਵਧਾ ਦਿੰਦੇ। ਸੋ ਅਸੀਂ ਤਾਂ ਖਾਹਿਸ਼ ਤੱਕ ਕਿਹਾ ਇਹਨਾਂ ਨੂੰ ਚੀਫ ਮਿਨਿਸਟਰ ਨੂੰ ਆਪਣੇ ਜਵਾਬ ਦੇਣਾ ਚਾਹੀਦਾ। ਇਸ ਮੌਕੇ ਅਕਾਲੀ ਦਲ ਦੇ ਸਿਆਸੀ ਮਾਮਲਿਆਂ ਬਾਰੇ ਕਮੇਟੀ ਦੇ ਮੈਂਬਰ ਅਤੇ ਹਲਕਾ ਗਿੱਦੜਬਾਹਾ ਦੇ ਆਗੂ ਹਰਦੀਪ ਸਿੰਘ ਡਿੰਪੀ ਢਿੱਲੋਂ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਮੁਕਤਸਰ ਸਾਹਿਬ ਤੋਂ ਗੁਰਿੰਦਰ ਸੇਖੋਂ ਦੀ ਰਿਪੋਰਟ, ਦੈਨਿਕ ਸਵੇਰਾ TV। ਬਠਿੰਡਾ 'ਚ ਲੋਹੜੀ ਦੇ ਇੱਕ ਸਮਾਗਮ 'ਚ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਪਹੁੰਚੇ ਤੇ ਇਸ ਮੌਕੇ ਉਹਨਾਂ ਵੱਲੋਂ ਬਠਿੰਡਾ ਦੀ ਪਹਿਲੀ ਸ਼ੂਟਿੰਗ ਰੇਂਜ ਦਾ ਉਦਘਾਟਨ ਵੀ ਕੀਤਾ ਗਿਆ ਤੇ ਉਹਨਾਂ ਨੇ ਦੱਸਿਆ ਕਿ ਇਸ ਸ਼ੂਟਿੰਗ ਰੇਂਜ ਦੇ ਖੁੱਲ੍ਹਣ ਨਾਲ ਲੋਕਾਂ ਨੂੰ ਸ਼ੂਟਿੰਗ ਬਾਰੇ ਜਾਣਕਾਰੀ ਮਿਲੇਗੀ। ਬਠਿੰਡਾ 'ਚ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਲੋਹੜੀ ਦੇ ਇੱਕ ਸਮਾਗਮ 'ਚ ਪਹੁੰਚੇ। ਇਸ ਮੌਕੇ ਉਹਨਾਂ ਵੱਲੋਂ ਬਠਿੰਡਾ ਦੀ ਪਹਿਲੀ ਸ਼ੂਟਿੰਗ ਰੇਂਜ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਮਨਪ੍ਰੀਤ ਬਾਦਲ ਨੇ ਦੱਸਿਆ ਕਿ ਇਸ ਸ਼ੂਟਿੰਗ ਰੇਂਜ ਦੇ ਖੁੱਲ੍ਹਣ ਨਾਲ ਜਿੱਥੇ ਲੋਕਾਂ ਨੂੰ ਸ਼ੂਟਿੰਗ ਬਾਰੇ ਜਾਣਕਾਰੀ ਮਿਲੇਗੀ, ਉੱਥੇ ਹੀ ਮੰਤਰੀ ਬਾਦਲ ਵੱਲੋਂ ਵੱਖ ਵੱਖ ਇਲਾਕਿਆਂ ਦਾ ਦੌਰਾ ਵੀ ਕੀਤਾ ਗਿਆ। ਕਿਆ ਪੰਜਾਬ ਦੀ ਪਹਿਲੀ ਸ਼ੂਟਿੰਗ ਰੇਂਜ ਗਈ? ਅੱਜ ਬਠਿੰਡਾ ਸ਼ਹਿਰ ਦੇ ਵਿੱਚ ਸ਼ੂਟਿੰਗ ਰੇਂਜ ਦਾ ਇਫਤਤਾਹ ਹੋਇਆ ਔਰ ਇਹ 10 ਮੀਟਰ ਅਤੇ 25 ਮੀਟਰ ਦੀ ਰੇਂਜ ਹੈ। ਪੰਜਾਬ ਦੀ ਪਹਿਲੀ ਸ਼ੂਟਿੰਗ ਰੇਂਜ ਤਾਂ ਨਹੀਂ ਹੈ ਪਰ ਬਠਿੰਡਾ ਸ਼ਹਿਰ ਦੀ ਪਹਿਲੀ ਸ਼ੂਟਿੰਗ ਰੇਂਜ ਹੈ ਔਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ, ਖਾਸ ਕਰਕੇ DC ADC ਸਾਹਿਬ, ਉਹਨਾਂ ਵੱਲੋਂ ਇਹ ਸਾਰਾ ਉਪਰਾਲਾ ਕੀਤਾ ਗਿਆ, ਜਿੱਥੇ ਵਧਾਈ ਦੇਣੀ ਚਾਹੁੰਦਾ। ਔਰ ਸਾਹਿਬ, ਇਹਦੇ ਦੋ ਪਹਿਲੂ ਨੇ। ਇੱਕ ਪਹਿਲੂ ਤਾਂ ਇਹ ਹੈ ਕਿ ਜਿੰਨੇ ਵੀ ਲਾਈਸੈਂਸ ਹੋਲਡਰਸ ਹੈ ਜਾਂ ਜਿਹੜੇ ਲਾਈਸੈਂਸ ਨੂੰ ਅਪਲਾਈ ਕਰਦੇ ਆ, ਤਾਂ ਹਿੰਦੁਸਤਾਨ 'ਚ ਮੈਂ ਦੇਖਿਆ ਕਿ ਜਿਹੜੇ ਸੇਫਟੀ ਨੋਰਮਸ ਹੈ ਉਹ ਬੜੇ ਲੈਕਸ ਹੁੰਦੇ ਆ। ਬੰਦਾ ਲਾਈਸੈਂਸ ਵੀ ਲੈ ਲੈਂਦਾ ਹੈ, ਨਾ ਤਾਂ ਉਹਨੂੰ ਇੱਕ ਇੱਕ ਸੇਫਟੀ ਦਾ ਇੱਕ ਪ੍ਰੋਟੋਕੋਲ ਹੁੰਦਾ, ਤਾਂ ਸੇਫਟੀ ਦਾ ਪ੍ਰੋਟੋਕੋਲ ਦਾ ਕੋਈ ਪਤਾ ਨਹੀਂ। ਬੰਦੂਕ ਦਾ, ਪਿਸਤੌਲ ਦਾ ਮੂੰਹ ਕਿਸ ਪਾਸੇ ਰੱਖਣਾ ਹੈ, ਲੋਡ ਕਿਵੇਂ ਕਰਨੀ ਹੈ, ਚੇਂਬਰ 'ਚ ਕਿਵੇਂ ਲੈ ਕੇ ਆਉਣੀ ਹੈ। ਔਰ ਇਹ 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 ਵਾਕਈ ਜਿਹੜੇ ਬੰਦੇ ਸ਼ੂਟਿੰਗ ਰੇਂਜ 'ਚ ਆਉਣ ਲੱਗ ਜਾਂਦੇ ਆ, ਔਰ ਇੱਕ ਬੇਸਿਕ ਜੀ ਟ੍ਰੇਨਿੰਗ ਹੁੰਦੀ ਹੈ, ਬਹੁਤ ਹੀ ਲੰਬੀ ਟ੍ਰੇਨਿੰਗ ਨਹੀਂ ਹੁੰਦੀ। ਬਠਿੰਡਾ ਤੋਂ ਜੁਗਨੂ ਸ਼ਰਮਾ ਦੀ ਰਿਪੋਰਟ, ਦੈਨਿਕ ਸਵੇਰਾ TV। ਜਲੰਧਰ ਦੇ ਜੀਟੀਬੀ ਨਗਰ 'ਚ IRS ਦੇ ਰਿਟਾਇਰ ਕਸਟਮ ਐਂਡ ਸੈਂਟਰਲ ਐਕਸਾਈਜ਼ ਦੀ ਕੋਠੀ 'ਚ ਲੱਖਾਂ ਦੀ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਸਾਰਾ ਪਰਿਵਾਰ ਰਿਸ਼ਤੇਦਾਰ ਦੇ ਵਿਆਹ ਲਈ ਦਿੱਲੀ ਗਿਆ ਹੋਇਆ ਸੀ, ਜਿਸ ਦੌਰਾਨ ਚੋਰਾਂ ਵੱਲੋਂ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਜਲੰਧਰ ਦੇ GTB ਨਗਰ 'ਚ IRS ਦੇ ਰਿਟਾਇਰ ਕਸਟਮ ਐਂਡ ਸੈਂਟਰਲ ਐਕਸਾਈਜ਼ ਦੀ ਕੋਠੀ 'ਚ ਲੱਖਾਂ ਦੀ ਚੋਰੀ ਦਾ ਮਾਮਲਾ ਸਾਹਮਣੇ ਆਇਆ। ਜ਼ਿਕਰਯੋਗ ਹੈ ਕਿ ਸਾਰਾ ਪਰਿਵਾਰ ਰਿਸ਼ਤੇਦਾਰਾਂ ਦੇ ਵਿਆਹ ਲਈ ਦਿੱਲੀ ਗਿਆ ਹੋਇਆ ਸੀ, ਜਿਸ ਦੌਰਾਨ ਚੋਰਾਂ ਵੱਲੋਂ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਚੋਰ ਘਰ ਦੀ ਦੀਵਾਰ ਤੋੜ ਕੇ ਘਰ ਦੇ ਅੰਦਰ ਦਾਖਲ ਹੋਏ। ਜਾਣਕਾਰੀ ਦਿੰਦਿਆਂ ਪੀੜਤ ਨੇ ਦੱਸਿਆ ਕਿ ਚੋਰਾਂ ਨੇ 5 ਅਲਮਾਰੀਆਂ ਦੇ ਤਾਲੇ ਤੋੜ ਕੇ ਲੱਖਾਂ ਦੀ ਚੋਰੀ ਕੀਤੀ। ਚੋਰਾਂ ਵੱਲੋਂ ਨਕਦੀ ਦੇ ਨਾਲ ਨਾਲ ਸੋਨੇ ਦੇ ਗਹਿਣੇ ਵੀ ਚੋਰੀ ਕੀਤੇ ਗਏ। ਮੇਰਾ ਨਾਮ ਵਿਕਾਸ ਸਹਿਗਲ ਹੈ ਜੀ। ਮੈਂ 6 ਤਰੀਕ ਨੂੰ ਦਿੱਲੀ ਗਿਆ ਹੋਇਆ ਸੀ, ਠੀਕ ਹੈ ਜੀ, ਪਰਿਵਾਰ ਦੇ ਨਾਲ। ਅਤੇ ਮੈਨੂੰ ਅੱਜ ਸਵੇਰੇ ਪਤਾ ਲੱਗਾ ਕਿ ਇਸ ਤਰ੍ਹਾਂ ਘਰ ਦੇ ਤਾਲੇ ਟੁੱਟੇ ਹੋਏ ਨੇ, ਅਤੇ ਮੇਰੇ GI ਇੱਥੋਂ ਨਿਕਲ ਰਹੇ ਸੀ, ਉਹਨਾਂ ਨੂੰ ਪਤਾ ਚੱਲਿਆ ਉਹ ਬੈਕ ਸਾਈਡ 'ਤੇ ਰਹਿੰਦੇ ਨੇ। ਫਿਰ ਆ ਕੇ ਉਹਨੇ ਅੰਦਰ ਦੇਖਿਆ, ਪੂਰਾ ਘਰ ਖਰਾਬ, ਸਾਰੀਆਂ ਅਲਮਾਰੀਆਂ ਵਗੈਰਾ ਤੋੜੀਆਂ ਗਈਆਂ ਸੀ। ਇਹ ਹੁਣ ਦੇਖਾਂਗੇ, ਹੁਣ ਅਸੀਂ 6 ਵਜੇ ਤਾਂ ਪਹੁੰਚੇ ਹਾਂ,
ਹੁਣ ਆ ਕੇ ਦੇਖਾਂਗੇ ਸਮਾਨ ਸਮੇਟਾਂਗੇ ਸਵੇਰੇ ਫਿਰ ਥਾਣੇ ਵਾਲਿਆਂ ਨੂੰ ਵੀ ਦੇਣੀ ਹੈ ਰਿਪੋਰਟ ਕੀ ਚੋਰੀ ਹੋਇਆ ਸੀਮੈਂਟ ਨਹੀਂ ਮੈਂ ਦੱਸ ਪਾਵਾਂਗਾ ਕਿਉਂਕਿ ਤੁਹਾਡੇ ਸਾਹਮਣੇ ਸਾਰਾ ਤਾਂ ਖਿਲ ਰਿਹਾ ਪਿਆ ਹੈਗਾ ਵਾ ਅਲਮਾਰੀ ਇੱਕ ਦੋ ਤਿੰਨ ਚਾਰ ਅਤੇ ਪੰਜ ਅਲਮਾਰੀਆਂ ਦੇ ਤਾਲੇ ਟੁੱਟੇ ਅਤੇ ਤਿੰਨ ਡਬਲ ਬੈੱਡ ਖੋਲ੍ਹੇ ਹੋਏ ਜੀ ਸਾਰੇ ਇਹ ਨਹੀਂ ਮੈਂ ਕੁਛ ਕਹਿ ਸਕਦਾ ਵਿਸਕੀ ਪਈ ਸੀ ਉਹਨੇ ਪੀਤੀ ਹੈ ਨਹੀਂ ਪੀਤੀ ਹੈ ਮੈਂ ਨਹੀਂ ਦੱਸ ਪਾਵਾਂਗਾ ਮੇਰੇ ਫਾਦਰ ਸਾਹਿਬ ਕਸਟਮ ਐਂਡ ਸੈਂਟਰਲ ਐਕਸਾਈਜ਼ ਤੋਂ ਰਿਟਾਇਰ ਹੋਏ ਨੇ ਅਸਿਸਟੈਂਟ ਕਮਿਸ਼ਨਰ ਥੱਲੇ ਕਿਸੇ 'ਤੇ ਕੋਈ ਸ਼ੱਕ ਨਹੀਂ ਬਾਕੀ ਦੇਖੋ ਪੁਲਿਸ ਵਾਲੇ ਕੋਈ ਆਪਣੀ ਇਨਵੈਸਟੀਗੇਸ਼ਨ ਕਰਨਗੇ ਉੱਥੋਂ ਫਿਰ ਪਤਾ ਚੱਲ ਜਾਊਗਾ ਸਵੇਰੇ ਦੇਖਾਂਗੇ ਸਵੇਰੇ ਦੇਖਾਂਗੇ ਕਿਉਂਕਿ ਸਾਡੇ ਆਸੇ ਪਾਸੇ ਤਿੰਨ ਚਾਰ ਘਰ ਕਿਸੇ ਦੇ ਕੈਮਰੇ ਨਹੀਂ ਲੱਗੇ ਉਹ ਤਾਂ ਕੈਸ਼ ਸੀਗਾ ਘਰ ਇਹ ਹੁਣ ਮੈਂ ਦੇਖਾਂਗਾ ਮੈਂ ਇਸ ਤਰ੍ਹਾਂ ਕੁਛ ਕਿਉਂਕਿ ਮੇਰੀ ਵਾਈਫ ਦੀ ਤਬੀਅਤ ਵੀ ਠੀਕ ਨਹੀਂ ਹੈ ਤੁਹਾਨੂੰ ਪਤਾ ਜਵੈਲਰੀ ਦਾ ਲੇਡੀਜ਼ ਦਾ ਰੱਖਦੀ ਹਾਂ ਹੁਣ ਉਹੀ ਦੇਖਣਗੀਆਂ ਕੀ ਆ ਨੁਕਸਾਨ ਹੋਇਆ ਦੂਜੇ ਪਾਸੇ ਮੌਕੇ 'ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਪੁਲਿਸ ਮੁਤਾਬਕ ਉਹਨਾਂ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ ਕੰਪਲੇਂਟ ਇਸ ਕੇ ਕਸ਼ ਜਿਹੜੇ ਹੈਗੇ ਉਹਨਾਂ ਨੇ ਦਿੱਤੀ ਹੈ ਅਤੇ ਕੰਪਲੇਂਟ 'ਚ ਜੇ ਉਹ ਲਿਸਟ ਵਗੈਰਾ ਬਾਅਦ 'ਚ ਦੇ ਦੇਣਗੇ ਸਾਨੂੰ ਜੋ ਜੋ ਵੀ ਇਹਨਾਂ ਦੀ ਚੋਰੀ ਵਗੈਰਾ ਹੋਈ ਹੈ ਅਜੇ ਤੱਕ ਸਾਨੂੰ ਸਿਰਫ ਕੰਪਲੇਂਟ ਹੋਈ ਹੈ ਕਿ ਨਾ ਮਾਲੂਮ ਵਿਅਕਤੀ ਜਿਨ੍ਹਾਂ ਨੇ ਇੱਥੋਂ ਚੋਰੀ ਕੀਤੀ ਹੈ ਇਹ ਆਪਣੇ ਰਿਸ਼ਤੇਦਾਰ ਦੀ ਮੈਰਿਜ 'ਚ ਦਿੱਲੀ ਗਏ ਸੀਗੇ ਅਤੇ ਅੱਜ ਸ਼ਾਮੀ ਇੱਥੇ ਪਹੁੰਚੇ ਅਤੇ ਆ ਕੇ ਇਹਨਾਂ ਨੇ ਅਜੇ ਘਰ ਪਹੁੰਚ ਕੇ ਦੇਖਿਆ ਸਾਰਾ ਵੀ ਸਮਾਨ ਵਗੈਰਾ ਖਿਲ ਰਿਹਾ ਪਿਆ ਸੀਗਾ ਬਾਕੀ ਇਹ ਜਿਹੜੀ ਤਪਤੀ ਆਪਣੀ ਚੈੱਕ ਕਰ ਲੈਣਗੇ ਜੋ ਜੋ ਇਹਨਾਂ ਦੀ ਚੀਜ਼ ਚੋਰੀ ਹੋਈ ਹੈ ਉਹ ਤੋਂ ਬਾਅਦ ਲਿਸਟ ਸਾਨੂੰ ਦੇ ਦੇਣਗੇ ਸੀਸੀਟੀਵੀ ਕੈਮਰੇ ਜੀ ਇੱਥੇ ਤਾਂ ਕੋਈ ਲੱਗੇ ਨਹੀਂ ਬਾਕੀ ਬਾਹਰ ਜਿਹੜੇ ਸੜਕ 'ਤੇ ਕਿਤੇ ਲੱਗੇ ਹੋਏ ਤਾਂ ਆਪਾਂ ਉਹ ਚੈੱਕ ਕਰਕੇ ਪੂਰਾ ਵੈਰੀਫਾਈ ਕਰਾਂਗੇ ਜਲੰਧਰ ਤੋਂ ਵਿਨੇ ਸ਼ਰਮਾ ਦੀ ਰਿਪੋਰਟ ਦੈਨਿਕ ਸਵੇਰਾ ਟੀਵੀ ਲੋਕਾਂ ਨੂੰ ਟ੍ਰੈਫਿਕ ਰੂਲਾਂ ਬਾਰੇ ਜਾਗਰੂਕ ਕਰਨ ਲਈ ਦੇਸ਼ ਭਰ 'ਚ ਰੋਡਵੇਜ਼ ਅਤੇ ਟਰਾਂਸਪੋਰਟ ਮਿਨਿਸਟਰੀ ਵੱਲੋਂ ਹਰ ਸਾਲ 11 ਤੋਂ 17 ਜਨਵਰੀ ਤੱਕ ਰੋਡ ਸੇਫਟੀ ਹਫ਼ਤਾ ਮਨਾਇਆ ਜਾਂਦਾ ਹੈ ਅਤੇ ਇਸ ਦੇ ਚੱਲਦਿਆਂ ਜਲੰਧਰ ਪੁਲਿਸ ਵੱਲੋਂ ਰੋਡ ਸੇਫਟੀ ਵੀਕ ਦੇ ਪਹਿਲੇ ਦਿਨ ਨੂੰ ਹੈਲਮਟ ਦਿਵਸ ਵਜੋਂ ਮਨਾਇਆ ਗਿਆ ਦੇਸ਼ ਭਰ 'ਚ ਰੋਡਵੇਜ਼ ਅਤੇ ਟਰਾਂਸਪੋਰਟ ਮਿਨਿਸਟਰੀ ਵੱਲੋਂ ਹਰ ਸਾਲ 11 ਤੋਂ 17 ਜਨਵਰੀ ਤੱਕ ਰੋਡ ਸੇਫਟੀ ਹਫ਼ਤਾ ਮਨਾਇਆ ਜਾਂਦਾ ਹੈ ਤੇ ਲੋਕਾਂ ਨੂੰ ਟ੍ਰੈਫਿਕ ਰੂਲਾਂ ਬਾਰੇ ਜਾਗਰੂਕ ਕੀਤਾ ਜਾਂਦਾ ਹੈ ਇਸੇ ਦੇ ਚੱਲਦਿਆਂ ਜਲੰਧਰ ਪੁਲਿਸ ਵੱਲੋਂ ਰੋਡ ਸੇਫਟੀ ਵੀਕ ਦੇ ਪਹਿਲੇ ਦਿਨ ਨੂੰ ਹੈਲਮਟ ਦਿਵਸ ਵਜੋਂ ਮਨਾਇਆ ਗਿਆ ਤੇ ਇੱਕ ਜਾਗਰੂਕਤਾ ਰੈਲੀ ਵੀ ਕੱਢੀ ਗਈ ਇਸ ਰੈਲੀ 'ਚ ਸ਼ਹਿਰ ਦੇ ਸਕੂਲੀ ਬੱਚਿਆਂ ਵੱਲੋਂ ਹੱਥਾਂ 'ਚ ਤਖਤੀਆਂ ਫੜ ਕੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦਾ ਸੰਦੇਸ਼ ਦਿੱਤਾ ਗਿਆ 11 ਜਨਵਰੀ ਤੋਂ ਲੈ ਕੇ ਤੇ 17 ਜਨਵਰੀ ਤੱਕ ਜਿਹੜਾ ਇਹ ਰੋਡ ਸੇਫਟੀ ਵੀਕ ਜਿਹੜਾ ਮਨਾ ਰਹੇ ਆ ਵੱਖ ਵੱਖ ਸਕੂਲਾਂ ਦੇ ਵਿੱਚ ਵੱਖ ਵੱਖ ਥਾਵਾਂ ਦੇ ਉੱਤੇ ਜਾ ਕੇ ਸਾਰਾ ਜਿਹੜਾ ਸਾਡੇ ਟ੍ਰੈਫਿਕ ਸਟਾਫ ਪਲੱਸ ਜਿਹੜਾ ਦੂਸਰੀ ਡਿਊਟੀ ਉਹ ਜਿਹੜੇ ਇਹਨਾਂ ਨੂੰ ਪਬਲਿਕ ਨੂੰ ਅਵੇਅਰ ਕਰ ਰਹੀ ਹੈ ਇਸ ਮੌਕੇ ਡੀਸੀਪੀ ਗੁਰਮੀਤ ਸਿੰਘ ਨੇ ਕਿਹਾ ਹੈ ਕਿ ਰੋਡ ਐਕਸੀਡੈਂਟ ਰੋਕਣ ਲਈ ਟ੍ਰੈਫਿਕ ਪੁਲਿਸ ਦੇ ਨਾਲ ਨਾਲ ਆਮ ਜਨਤਾ ਨੂੰ ਵੀ ਅਲਰਟ ਰਹਿਣਾ ਚਾਹੀਦਾ ਹੈ ਜਲੰਧਰ ਤੋਂ ਵਿਨੇ ਸ਼ਰਮਾ ਦੈਨਿਕ ਸਵੇਰਾ ਟੀਵੀ ਲੋਕਾਂ ਨੂੰ ਜਾਗਰੂਕ ਕਰਨ ਲਈ ਸਰਕਾਰਾਂ ਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਸਮਰਾਲਾ ਦੇ ਐਸਟੀਐਮ ਦਫ਼ਤਰ ਵਿਖੇ 100 ਨਵ ਜੰਮੀਆਂ ਬੱਚੀਆਂ ਦੀ ਲੋਹੜੀ ਮਨਾਈ ਗਈ ਤੇ ਮਾਤਾ ਪਿਤਾ ਨੂੰ ਤੋਹਫੇ ਤੇ ਕੱਪੜੇ ਵੀ ਦਿੱਤੇ ਗਏ ਲਗਾਤਾਰ ਘਟ ਰਹੀ ਲੜਕੀਆਂ ਦੀ ਗਿਣਤੀ ਨੂੰ ਲੈ ਕੇ ਸਰਕਾਰਾਂ ਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਲਗਾਤਾਰ ਸਮਾਜ ਨੂੰ ਜਾਗਰੂਕ ਕਰਨ ਦੇ ਯਤਨ ਕੀਤੇ ਜਾ ਰਹੇ ਨੇ ਇਸੇ ਲੜੀ ਨੂੰ ਅੱਗੇ ਤੋਰਦਿਆਂ ਸਮਰਾਲਾ ਦੇ ਐਸਟੀਐਮ ਦਫ਼ਤਰ ਵਿਖੇ 100 ਨਵ ਜਨਮੀਆਂ ਬੱਚਿਆਂ ਦੀ ਲੋਹੜੀ ਮਨਾਈ ਗਈ ਤੇ ਮਾਤਾ ਪਿਤਾ ਨੂੰ ਤੋਹਫੇ ਤੇ ਕੱਪੜੇ ਵੀ ਦਿੱਤੇ ਗਏ ਜ਼ਿਲ੍ਹਾ ਲੁਧਿਆਣੇ ਦੇ ਵਿੱਚ ਅੱਜ ਸਮਰਾਲਾ ਸਬਜ਼ੀ ਦੇ ਵਿੱਚ ਪ੍ਰੋਗਰਾਮ ਜਿਹੜਾ ਹੈਗਾ ਉਹ ਕਰਾਇਆ ਗਿਆ ਕੁੜੀਆਂ ਦੀ ਲੋਹੜੀ ਜਿਹੜੀ ਹੈਗੀ ਉਹ ਮਨਾਈ ਗਈ ਹੈ ਜਿਹਦੇ ਵਿੱਚ 100 ਨਵਜੰਮੀ ਬੱਚੀਆਂ ਜਿਹੜੀਆਂ ਹੈਗੀਆਂ ਉਹਨਾਂ ਦੀ ਫੈਮਿਲੀ ਨੂੰ ਸਨਮਾਨਿਤ ਕੀਤਾ ਗਿਆ ਅਤੇ ਇਹ ਜਿਹੜੇ ਪ੍ਰੋਗਰਾਮ ਹੁੰਦੇ ਆ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਕੀਤੇ ਜਾਂਦੇ ਸਮਾਜ ਨੂੰ ਅਵੇਅਰ ਕਰਨ ਵਾਸਤੇ ਕੀਤਾ ਜਾਂਦਾ ਹੈ ਕਿ ਕੁੜੀਆਂ ਨੂੰ ਹੁਣ ਬਰਾਬਰ ਦਾ ਦਰਜਾ ਦਿੱਤਾ ਜਾਵੇ ਕਿ ਕੁੜੀਆਂ ਜਿਹੜੀਆਂ ਹੈਗੀਆਂ ਉਹ ਮੁੰਡਿਆਂ ਤੋਂ ਵਧੀਆ ਇਸ ਮੌਕੇ ਜਾਣਕਾਰੀ ਦਿੰਦਿਆਂ ਡੀਸੀ ਲੁਧਿਆਣਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੜਕਾ ਲੜਕੀ ਵਿਚਲੇ ਭੇਦਭਾਵ ਨੂੰ ਖਤਮ ਕਰਨ ਅਤੇ ਮਾਪਿਆਂ ਨੂੰ ਬੱਚਿਆਂ ਦੇ ਪਾਲਣ ਪੋਸ਼ਣ ਲਈ ਉਤਸ਼ਾਹਿਤ ਕਰਨ ਲਈ ਬੇਟੀ ਬਚਾਓ ਬੇਟੀ ਪੜਾਓ ਅਤੇ ਹੋਰ ਸਕੀਮਾਂ ਚਲਾਈਆਂ ਗਈਆਂ ਨੇ ਜਿਸ ਦੌਰਾਨ ਜਿੱਥੇ ਬੱਚਿਆਂ ਦੇ ਜਨਮ ਮੌਕੇ ਆਰਥਿਕ ਸਹਾਇਤਾ ਵੀ ਦਿੱਤੀ ਜਾਂਦੀ ਹੈ ਸਮਰਾਲਾ ਤੋਂ ਵਰੁਣ ਕੌਸ਼ਲ ਦੈਨਿਕ ਸਵੇਰਾ ਟੀਵੀ ਨੰਗਲ 'ਚ ਭਾਜਪਾ ਵੱਲੋਂ ਨਾਗਰਿਕਤਾ ਸੋਧ ਕਾਨੂੰਨ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਮੋਟਰਸਾਈਕਲ ਰੈਲੀ ਕੱਢੀ ਗਈ ਤੇ ਭਾਜਪਾ ਪ੍ਰਧਾਨ ਜਤਿੰਦਰ ਸਿੰਘ ਦੀ ਅਗਵਾਈ 'ਚ ਲੋਕਾਂ ਨੂੰ ਇਸ ਕਾਨੂੰਨ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਨਾਗਰਿਕਤਾ ਸੋਧ ਕਾਨੂੰਨ ਖਿਲਾਫ਼ ਜਿੱਥੇ ਵਿਰੋਧੀ ਧਿਰਾਂ ਮੋਦੀ ਸਰਕਾਰ ਦਾ ਲਗਾਤਾਰ ਪ੍ਰਦਰਸ਼ਨ ਕਰ ਰਹੀਆਂ ਨੇ ਉੱਥੇ ਹੀ ਭਾਜਪਾ ਵੱਲੋਂ ਇਸ ਕਾਨੂੰਨ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਇਸੇ ਲੜੀ 'ਚ ਭਾਜਪਾ ਦੇ ਯੂਥ ਵਰਕਰਾਂ ਵੱਲੋਂ ਨੰਗਲ 'ਚ ਮੋਟਰਸਾਈਕਲ ਰੈਲੀ ਕੱਢੀ ਗਈ ਜਿਸ 'ਚ ਜ਼ਿਲ੍ਹਾ ਰੋਪੜ ਦੇ ਭਾਜਪਾ ਪ੍ਰਧਾਨ ਜਤਿੰਦਰ ਸਿੰਘ ਦੀ ਅਗਵਾਈ 'ਚ ਲੋਕਾਂ ਨੂੰ ਇਸ ਕਾਨੂੰਨ ਦੀ ਵਿਸ਼ੇਸ਼ਤਾ ਬਾਰੇ ਵਿਸਥਾਰ 'ਚ ਦੱਸਿਆ ਗਿਆ
CAA ਸੀਨੀਅਰ ਸਿਟੀਜ਼ਨ ਅਮੈਂਡਮੈਂਟ ਐਕਟ ਜੋ ਪਿਛਲੇ ਦਿਨਾਂ ਦੇ ਵਿੱਚ ਜਿਹਦੀ ਕਾਫੀ ਜਿਹੜੀ ਚਰਚਾ ਹੈ ਉਹ ਹੋ ਰਹੀ ਆ ਪੂਰੇ ਦੇਸ਼ ਦੇ ਅੰਦਰ। ਅੱਜ ਉਹਦੇ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਅਸੀਂ ਇਕੱਠੇ ਹੋਏ। ਇਹ ਸਿਟੀਜ਼ਨ ਅਮੈਂਡਮੈਂਟ ਐਕਟ ਜਿਹੜਾ ਹੈ ਇਹ ਬਹੁਤ ਪੁਰਾਣਾ ਹੈ। ਦੇਸ਼ ਆਜ਼ਾਦ ਹੋਣ ਤੋਂ ਬਾਅਦ ਇਹ ਐਕਟ ਬਣਾਇਆ ਗਿਆ ਸੀ, ਪਰ ਲੇਕਿਨ ਇਹਦੇ ਵਿੱਚ ਕੁਛ ਅਮੈਂਡਮੈਂਟ ਹੋਣ ਦੀਆਂ ਬੜੀਆਂ ਜ਼ਰੂਰਤਾਂ ਸੀ ਕਿ ਦੇਸ਼ ਆਜ਼ਾਦ ਹੋਣ ਤੋਂ ਬਾਅਦ ਹਿੰਦੂ ਸਿੱਖ ਕ੍ਰਿਸ਼ਚਨ ਬੌਧ ਹੋਰ ਕਈ ਬਾਹਰਲੇ ਦੇਸ਼ਾਂ ਤੋਂ ਆ ਕੇ ਪਾਕਿਸਤਾਨ ਤੋਂ ਸਾਡੇ ਹਿੰਦੁਸਤਾਨ ਦੇ ਵਿੱਚ ਆਏ, ਉਹਨਾਂ ਨੂੰ ਸਿਟੀਜ਼ਨਸ਼ਿਪ ਜਿਹੜੀ ਉਹ ਦਿੱਤੀ ਨਹੀਂ ਜਾ ਰਹੀ ਸੀ। ਇਹ ਕਾਨੂੰਨ ਦੇ ਵਿੱਚ ਅਮੈਂਡਮੈਂਟ ਕਰਕੇ ਅਸੀਂ 2014 ਤੱਕ ਸਾਰੇ ਹੀ ਲੋਕਾਂ ਨੂੰ ਹਿੰਦੁਸਤਾਨ ਦੇ ਨਾਗਰਿਕ ਬਣਾਉਣ ਦੀ ਜਿਹੜੀ ਹੈ ਉਹ ਕਾਨੂੰਨ ਪਾਸ ਕੀਤਾ। ਅਨੰਦਪੁਰ ਸਾਹਿਬ ਤੋਂ ਬਿਮਲ ਸੈਣੀ, ਦੈਨਿਕ ਸਵੇਰਾ ਟੀਵੀ। ਤੇ ਅਸੀਂ ਹੁਣ ਤੱਕ ਦੀਆਂ ਖਾਸ ਖਬਰਾਂ, ਵਧੇਰੇ ਜਾਣਕਾਰੀ ਲਈ ਜੁੜੇ ਰਹੋ ਦੈਨਿਕ ਸਵੇਰਾ ਦੇ ਨਾਲ।